ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਦਰਮਿਆਨੇ ਇਲਾਜ ਇੱਕ ਔਰਤ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਪੀੜਤਾ ਨੇ ਹਸਪੀਟਲ ਦੇ ਬਾਹਰ ਲਾਸ਼ ਨੂੰ ਰੱਖ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਮੌਕੇ ਤੇ ਪੁਲਿਸ ਦੇ ਮੁਲਾਜ਼ਮ ਵੀ ਪਹੁੰਚ ਗਏ। ਪੀੜਤਾ ਨੇ ਦੱਸਿਆ ਕਿ ਡਾਕਟਰਾਂ ਦੀ ਅਣਗਹਿਲੀ ਦੇ ਨਾਲ ਉਹਨਾਂ ਦੀ ਮਾਤਾ ਦੀ ਜਾਨ ਚਲੀ ਗਈ ਔਰ ਉਸਦੇ ਢਿੱਡ ਦੇ ਵਿੱਚ ਪੀੜਾਂ ਉੱਠੀਆਂ, ਜਿਸ ਤੋਂ ਬਾਅਦ ਇਸ ਹਸਪੀਟਲ ਦੇ ਵਿੱਚ ਉਸਨੂੰ ਦਾਖਲ ਕਰਵਾਇਆ ਗਿਆ ਸੀ, ਪਰ ਉੱਥੇ ਡਾਕਟਰਾਂ ਦੀ ਲਾਪਰਵਾਹੀ ਦੇ ਨਾਲ ਇਸ ਔਰਤ ਦੀ ਮੌਤ ਹੋ ਗਈ। ਪਰਿਵਾਰ ਦੇ ਵੱਲੋਂ ਇਹ ਗੰਭੀਰ ਇਲਜ਼ਾਮ ਲਗਾਏ ਗਏ ਨੇ। ਦੱਸਦੇ ਕਿ ਮੌੜ ਮੰਡੀ ਦਾ ਇਹ ਪੂਰਾ ਮਾਮਲਾ ਹੈ। ਇੱਕ ਬਜ਼ੁਰਗ ਜੋ ਕਿ ਰਾਜਗੜ੍ਹ ਕੁੱਬੇ ਦੀ ਰਹਿਣ ਵਾਲੀ ਸੀ, ਘਰੋਂ ਗਰੀਬ ਸੀ ਔਰ ਇਸ ਪ੍ਰਾਈਵੇਟ ਹਸਪੀਟਲ ਦੇ ਵਿੱਚ ਉਸਨੂੰ ਤੁਰੰਤ ਲੈ ਕੇ ਆਏ ਤਾਂ ਜੋ ਉਸਦੀ ਜਾਨ ਬਚ ਸਕੇ, ਪਰ ਇੱਥੇ ਪੀੜਤਾ ਦੇ ਮੁਤਾਬਿਕ ਡਾਕਟਰਾਂ ਨੇ ਉਸਦੇ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ਕਰਕੇ ਉਸਦੀ ਮੌਤ ਹੋ ਗਈ। ਹਾਲਾਂਕਿ ਪ੍ਰਾਈਵੇਟ ਹਸਪੀਟਲ ਦੇ ਵੱਲੋਂ ਇਸ ਬਾਬਤ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ। ਉਹਨਾਂ ਨੇ ਸਿਰਫ ਇਹੀ ਕਿਹਾ ਕਿ ਇਲਾਜ ਇਸ ਬਜ਼ੁਰਗ ਦਾ ਸਹੀ ਚੱਲ ਰਿਹਾ ਸੀ। ਤਾਂ ਪੀੜਤ ਪਰਿਵਾਰ ਦੇ ਵੱਲੋਂ ਡਾਕਟਰਾਂ ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਕਿ ਇਹਨਾਂ ਦੀ ਅਣਗਹਿਲੀ ਦੇ ਨਾਲ ਉਹਨਾਂ ਦੀ ਬਜ਼ੁਰਗ ਮਾਤਾ ਦੀ ਮੌਤ ਹੋ ਗਈ। ਕੰਮ ਦਾ ਜੀ ਇਹਦੇ ਵਿੱਚ ਬੁੜੀ ਦੇ ਦਰਦ ਉੱਠਦਾ ਸੀਗਾ, ਚਾਨਚੱਕ ਦਰਦ ਉੱਠਾ ਜੀ ਇਹਨੂੰ ਮੌੜ ਲੈ ਗਏ। ਮੌੜ ਜਾ ਕੇ ਇਹਨਾਂ ਨੇ ਆਪਣੀ ਭਵਨ ਦੇ ਦਾਖਲ ਕਰਨੀ ਸੀਗੀ ਤੇ ਉੱਥੇ ਜੀ ਬਾਕੀ ਜਿਹੜੇ ਇਹ ਭਾਵਨ ਵਰਤੀ ਇਹਨਾਂ ਨਾਲ ਇਹ ਨਾ ਸੀਗੇ, ਮਾਤਾ ਜੀ ਘਰੇ ਸੀ, ਉਹਨਾਂ ਨੂੰ ਪਤਾ ਇਹਦੀ ਵਿਖਿਆ ਦਾ ਵੀ ਸਾਡੇ ਕੋਲ ਇਹ ਗੱਲ ਪਹੁੰਚੀ ਹੈ ਵੀ ਉੱਥੇ ਕਿਸੇ ਨੇ ਇਹਦੀ ਦੇਖਭਾਲ ਹੋਈ ਨੀ ਹੈਗੀ, ਫੀਸ ਭਰਾਈ ਹੈ 500 ਰੁਪਇਆ ਵੀ। ਉਦੋਂ ਬਾਅਦ ਇਹਨਾਂ ਨੇ ਕਿਹਾ ਵੀ ਇਹਦੀ ਦੇਖਭਾਲ ਕਰੋ, ਇਹਦੀ ਦੇਖਭਾਲ ਹੋ ਨਾ ਰਹੀ ਹੈ ਜੀ। ਉਹ ਜੀ ਹੁਣ ਅਸੀਂ ਐਂ ਸੋਚਦੇ ਹਾਂ ਵੀ ਕੋਈ ਪੈਸੇ ਵੱਲੋਂ ਕਮੀ ਰਹੇਗੀ, ਜੇ ਕੋਈ ਪਰਮਾਤਮਾ ਵੱਲੋਂ ਇਹਦੀ ਕੋਈ ਕਿਵੇਂ ਨਾਲ ਗੱਲ ਬਣੀ ਹੈ ਇਹਦੇ ਨਾਲ ਭਾਵਨਾ ਬੀਤੀ ਇਹਦੇ ਨਾਲ ਇਹ ਗੱਲ ਜੀ। ਸਾਨੂੰ ਐਂ ਕਹਿੰਦੇ ਵੀ ਅਸੀਂ ਗਰੀਬ ਬੰਦਾ ਹੁਣ ਸਾਡੇ ਇਲਾਜ ਵੱਲੋਂ ਹੋ ਜਾਂਦੇ ਆ, ਕਿ ਗਰੀਬ ਬੰਦੇ ਨੂੰ ਪੈਸਾ ਹੁੰਦਾ ਨੀ ਜੀ, ਇਲਾਜ ਵੱਲੋਂ ਹੋ ਜਾਂਦੇ ਆ, ਸਾਡੀ ਕੋਈ ਫਰਮਾਇਸ਼ ਸੁਣਦਾ ਨੀ ਹੈਗਾ, ਨਾ ਤਾਂ ਕੋਈ ਡਾਕਟਰ ਸੁਣਦਾ, ਨਾ ਕੋਈ ਮੁਲਾਜ਼ਮ ਸੁਣਦਾ, ਸਾਡੀ ਕੋਈ ਨੀ ਗਰੀਬ ਨੀ ਸੁਣਦਾ। ਆਹ ਜੀ ਗੱਲ ਅੱਗੇ ਕੀ ਹੋਇਆ ਜੀ, ਅਫਸਰ ਮਤਲਬ ਕਿ ਅੰਦਰ ਡਾਕਟਰ ਕੋਲ ਵਾਗੇ, ਡਾਕਟਰ ਨੀ ਕੋਲ ਵਾਗੇ ਜੀ, ਸਾਡੇ ਵਰਗੇ ਗਰੀਬ ਸੜਕਾਂ ਤੇ ਰੁੜੀ ਗਏ ਜੀ। ਹਾਂਜੀ ਜਦੋਂ ਅਸੀਂ ਧਰਨਾ ਲਾਇਆ ਸਾਡੀ ਕਿਹਨੇ ਸੁਣਨੀ ਆ, ਉਦੋਂ ਬਾਅਦ ਮੁਲਾਜ਼ਮ ਕਹਿੰਦੇ ਤੁਸੀਂ ਘਰੇ ਚਲੇ ਜਾਓ, ਘਰੇ ਵਾਗ ਜਾਓ, ਘਰੇ ਵਾਗ ਜਾਓ। ਅਸੀਂ ਕਿਹਾ ਸੀ ਜੀ ਅਸੀਂ ਕਿਵੇਂ ਚਲੇ ਜਾਈਏ, ਉਹ ਕਹਿੰਦੇ ਵੀ ਤੁਸੀਂ ਸਾਇਨ ਕਰੋ, ਤੁਸੀਂ ਵਾਗ ਜਾਓ। ਹੁਣ ਕੀ ਕਹਿ ਸਕਦੇ ਆ ਵੀ ਮੁਲਾਜ਼ਮਾਂ ਨੂੰ ਪੈਸੇ ਦਿੱਤੇ ਆ ਜਾਂ ਕੀ ਕਰਿਆ, ਹਨਾ ਗਰੀਬ ਦਾ ਤਾਂ ਇਨਸਾਫ ਹੀ ਨੀ ਆ, ਗਰੀਬ ਨੂੰ ਤਾਂ ਕੋਈ ਨੀ ਸਿਆਣਦਾ ਜੀ। ਜੇ ਅੱਜ ਸਾਨੂੰ ਨੀ ਸਿਆਣਾ ਉਹ ਵੱਡੇ ਲੋਕਾਂ ਨਾਲ ਵੀ ਆਈ, ਕਿਸੇ ਨਾਲ ਘੱਟ ਨੀ, ਕੋਈ ਵੀ ਡਾਕਟਰ ਕਿਸੇ ਨਾਲ ਖੈਰ ਨੀ ਗੁਜ਼ਾਰਦਾ ਜੀ। ਗੱਲ ਕਰ ਵੀ ਗਰੀਬ ਬੰਦੇ ਨਾਲ, ਬੇਚਾਰੀ ਪਿੰਡ ਚ ਕੰਮ ਕਰਕੇ ਕਿਸੇ ਤੋਂ ਕਿਸੇ ਨੇ 20 ਦੇ ਤੇ ਕਿਸੇ ਨੇ 30 ਦੇ ਤੇ ਕਿਸੇ ਨੇ 100 ਦੇ ਤਾਂ ਗੁਜ਼ਾਰਾ ਕੀਤਾ ਇਹਨੇ, ਗੁਜ਼ਾਰਾ ਕਰਕੇ। ਕੀ ਕੰਮ ਕਰਦੀ ਸੀ ਜੀ? ਇਹ ਬਸ ਜੀ ਦਾਈ ਪੁਣੇ ਦਾ ਕੰਮ ਕਰਦੀ ਸੀ, ਕਿਸੇ ਦਾ ਪੇਟ ਮਸ ਲੈਂਦੀ ਸੀ, ਇਹ ਵੀ ਤਾਂ ਇੱਕ ਡਾਕਟਰ ਨੀ ਦੀ ਤਰ੍ਹਾਂ ਸੀ, ਪਰ ਜਦੋਂ ਇਹਦੀ ਗੌਰ ਉਸਨੇ ਨੀ ਕੀਤੀ, ਕਿੱਡੀ ਮਾੜੀ ਗੱਲ ਹੈ ਜੀ। ਕੋਈ ਵੀ ਆਸ ਗੁਆਂਢ ਤੋਂ ਪੁੱਛ ਲਓ ਇਹੋ ਜਿਹੀ ਬੁੜੀ ਨੀ ਹੈਗੀ ਸੀ, ਇਹ ਵਧੀਆ ਸਹੀ ਸੀ, ਹਾਂ ਵਧੀਆ ਆਪਦਾ ਕਰਕੇ ਖਾਂਦੀ ਸੀਗੀ। ਗੱਲ ਕਰ ਇਹਨਾਂ ਨੇ ਪੁਲਿਸ ਵਾਲਿਆਂ ਨੇ ਡਾਕਟਰਾਂ ਨੇ ਬਿਨ ਗੌਰ ਤੋਂ ਬਿਨਾ ਮਾਰਤੀ, ਸਮਝ ਲਓ ਵੀ ਜਦੋਂ ਗੌਰ ਨੀ ਕਰੀ, ਫੀਸ ਭਰਾ ਕੇ ਉਦੋਂ ਬਾਅਦ ਆਪ ਦੋਨੇ ਡਾਕਟਰ ਤੇ ਡਾਕਟਰਨੀ ਕਹਿੰਦੇ ਅਸੀਂ ਮੱਥਾ ਟੇਕਦੇ ਸੀ। ਦੱਸੋ ਜੀ ਜਦੋਂ ਮਰੀਜ਼ ਮਰਨ ਵਾਲਾ ਪਿਆ ਮੱਥਾ ਤਾਂ 2 ਮਿੰਟ ਲੇਟ ਵੀ ਟੇਕ ਸਕਦੇ ਆ ਆਪਾਂ, ਹਾਂ ਸਾਡੀ ਸੁਣਵਾਈ ਨੀ ਹੋਈ ਜੀ। ਮੁਲਾਜ਼ਮਾਂ ਦੀ ਗੱਲ ਸੁਣੀ ਆ, ਪਤਾ ਨੀ ਮੁਲਾਜ਼ਮਾਂ ਨੂੰ ਉਹਨਾਂ ਨੇ ਪੈਸੇ ਦਿੱਤੇ ਆ, ਪਤਾ ਨੀ ਕੀ ਕਿਹਾ ਗਾ। ਸਾਨੂੰ ਮੁੱਖ ਮੰਤਰੀ ਕੀ ਮੰਗ ਕਰਦੇ ਆ?
ਅਸੀਂ ਇਹ ਮੰਗ ਕਰਦੇ ਹਾਂ ਵੀ ਕਿਸੇ ਵੀ ਗਰੀਬ ਨਾਲ ਧੱਕਾ ਨਾ ਹੋ, ਠੀਕ ਹੈ ਜੀ। ਗਰੀਬਾਂ ਦੀ ਕਿਉਂ ਨੀ ਕੋਈ ਸੁਣਦਾ, ਨਾ ਸਰਕਾਰ ਸੁਣਦੀ ਆ, ਨਾ ਡਾਕਟਰ ਸੁਣਦੇ ਹੈਗੇ, ਨਾ ਕੋਈ ਮਹਿੰਗਾਈ ਇੰਨੀ ਕਰ ਰੱਖੀ ਆ, ਕਿੱਧਰ ਜਾਈਏ ਅਸੀਂ ਗਰੀਬ। ਇਹਦੇ ਨਾਲ ਤਾਂ ਸਾਨੂੰ ਗਰੀਬਾਂ ਨੂੰ ਗੋਲੀ ਮਾਰਨੇ, ਸਰਕਾਰ ਗੋਲੀ ਮਾਰਦੇ, ਅਸੀਂ ਤੂੰ ਕੀ ਹੋਏ ਪਏ ਆ। ਇੱਕ ਤਾਂ ਇਹਨਾਂ ਦੇ ਘਰ ਨੀ ਚੱਜਦਾ, ਦੱਸ ਇੰਨੇ ਰਿਸ਼ਤੇਦਾਰ ਆਏ ਨੇ ਅੱਜ ਕਿੱਥੇ ਪੈਣਗੇ, ਕੁਛ ਨੀ ਹੈਗਾ। ਸਰਕਾਰਾਂ ਵੀ ਨੀ ਸੋਚਦੀਆਂ ਜੀ, ਡਾਕਟਰ ਵੀ ਨੀ ਸੋਚਦੇ, ਆਸ ਗਵਾਂਢ ਨੇ। ਹੁਣ ਥੋੜਾ ਥੋੜਾ ਚਾਹੇ ਤੁਸੀਂ ਰਾਸ਼ਨ ਪਾਣੀ ਦੀ ਫੋਟੋ ਖਿੱਚ ਸਕਦੇ ਆ, ਥੋੜਾ ਥੋੜਾ ਭੈਣ ਭਰਾਵਾਂ ਨੇ ਰਾਸ਼ਨ, ਕਿਸੇ ਨੇ ਕੁਛ, ਇਸ ਤਰ੍ਹਾਂ ਹੁਣ ਇਹਦਾ ਸੰਸਕਾਰ ਐਂ ਕਰਾਂਗੇ। ਕੁਛ ਨੀ ਹੈਗਾ ਜੀ ਇਸ ਟਾਈਮ ਤੇ ਪੱਲੇ।